ਸਬਸਕ੍ਰਾਈਬ ਬਟਨ ਦਬਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਹਰ ਸਰਕਾਰੀ ਨੌਕਰੀ ਜਾਣਕਾਰੀ ਹੈਲੋ ਫਰੈਂਡਸ ਮੇਰਾ ਨਾਮ ਹੈ ਹਰਦੀਪ ਸਿੰਘ ਮੇਰੇ ਚੈਨਲ ਮੇ ਆਪ ਸਭੀ ਦਾ ਸਵਾਗਤ ਹੈ ਅੱਜ ਇੱਕ ਹੋਰ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਦੇ ਨਾਲ ਹਾਜ਼ਰ ਹੋ ਚੁੱਕਾ ਹਾਂ ਜੀ ਵੀਡੀਓ ਚੰਗਾ ਲੱਗਿਆ ਲਾਈਕ ਜਰੂਰ ਕਰਿਓ ਜੇਕਰ ਦੋਸਤੋ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਸਰਕਾਰੀ ਨੌਕਰੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਚਲੋ ਦੋਸਤੋ ਅੱਜ ਦਾ ਵੀਡੀਓ ਸਟਾਰਟ ਕਰ ਲੁਧਿਆਣਾ ਵੱਲੋਂ ਨੋਟੀਫਿਕੇਸ਼ਨ ਆਇਆ ਜੀ ਕੌਣ ਕੌਣ ਅਪਲਾਈ ਕਰ ਸਕਦਾ ਅਪਲਾਈ ਕਿਵੇਂ ਕਰਨਾ ਏਜ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਪੂਰੀ ਡਿਟੇਲ ਚ ਦੱਸਾਂਗਾ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ ਤਾਂ ਹੀ ਤੁਹਾਨੂੰ ਚੰਗੀ ਤਰ੍ਹਾਂ ਜਾਣਕਾਰੀ ਮਿਲ ਸਕੂਗੀ ਪੋਸਟਾਂ ਦੀ ਗੱਲ ਕਰੀਏ ਜੀ ਨੰਬਰ 1 ਪੋਸਟ ਹੈ ਜੀ ਕਾਉਂਸਲਰ ਦੀ ਪੋਸਟ ਹੈ ਜਰਨਲ ਲਈ ਰੱਖੀ ਗਈ ਹੈ ਓਨਲੀ ਫੀਮੇਲ ਕੈਂਡੀਡੇਟ ਹੀ ਅਪਲਾਈ ਕਰ ਸਕਦੇ ਨੇ ਜੀ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਮਾਸਟਰ ਡਿਗਰੀ ਨੇ ਕੀਤੀ ਹੈ ਸੋਸ਼ਲ ਵਰਕ ਜਾਂ ਕਲੀਨਿਕ ਸਾਈਕੋਲੋਜੀ ਵਿੱਚ ਔਰ 3 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ ਵਰਕਿੰਗ ਕ ਸਾਈਕੋਲੋਜੀ థెరਪਿਸਟ ਦਾ ਤਾਂ ਅਪਲਾਈ ਕਰ ਸਕਦੇ ਨੇ ਪੋਸਟ ਨੰਬਰ 2 ਜੀ ਆਈਟੀ ਸਟਾਫ ਦੀ ਪੋਸਟ ਆ ਦੋ ਪੋਸਟਾਂ ਨੇ ਜਰਨਲ ਦੀ ਇੱਕ ਆ ਜੀ ਐਸਸੀ ਦੀ ਇੱਕ ਆ ਦੋ ਪੋਸਟਾਂ ਜੀ ਮੇਲ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ ਜੀ ਗ੍ਰੈਜੂਏਟ ਵਿਦ ਡਿਪਲੋਮਾ ਕੰਪਿਊਟਰ ਆਈਟੀ ਵਿੱਚ ਇਹਨਾਂ ਨੇ ਕੀਤਾ ਹੈ ਗ੍ਰੈਜੂਏਟ ਇਨ ਆਈਟੀ ਕੰਪਿਊਟਰ ਐਪਲੀਕੇਸ਼ਨਸ ਔਰ 3 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ ਡਾਟਾ ਮੈਨੇਜਮੈਂਟ ਪ੍ਰੋਸੈਸ ਦਾ ਤਾਂ ਇਹ ਜੌਬ ਲਈ ਅਪਲਾਈ ਕਰ ਸਕਦੇ ਨੇ ਜੀ ਪੋਸਟ ਨੰਬਰ 3 ਜੀ ਕੇਸ ਵਰਕਰ ਦੀ ਪੋਸਟ ਆ ਦੋ ਪੋਸਟਾਂ ਨੇ ਜਨਰਲ ਦੀ ਇੱਕ ਆ ਜੀ ਐਸਸੀ ਦੀ ਇੱਕ ਆ ਜੀ ਓਨਲੀ ਫੀਮੇਲ ਲਈ ਹੈ ਜੀ ਲਾਰ ਡਿਗਰੀ ਇਹਨਾਂ ਨੇ ਕੀਤੀ ਆ ਮਾਸਟਰ ਇਨ ਸੋਸ਼ਲ ਵਰਕ ਵਿੱਚ ਔਰ 3 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਆ ਵਾਇਲੈਂਸ ਅਗੇਂਸਟ ਊਮਨ ਦੇ ਤਾਂ ਇਹ ਜੋਬ ਲਈ ਅਪਲਾਈ ਕਰ ਸਕਦੇ ਨੇ ਜੀ ਨੰਬਰ 4 ਜੀ ਮਲਟੀ ਪਰਪਸ ਹੈਲਪਰ ਦੀ ਪੋਸਟ ਆ ਜੀ ਦੋ ਪੋਸਟਾਂ ਨੇ ਜਨਰਲ ਦੀ ਇੱਕ ਆ ਜੀ ਐਸਸੀ ਦੀ ਇੱਕ ਆ ਜੀ ਓਨਲੀ ਫੀਮੇਲ ਲਈ ਨਹੀਂ ਜੀ 10ਵੀਂ ਨੇ ਪਾਸ ਕੀਤੀ ਔਰ 3 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਆ ਵਰਕਿੰਗ ਹੈਲਪਰ ਫਿਰ ਹੁੰਦਾ ਤਾਂ ਇਹ ਜੌਬ ਲਈ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਏਜ ਲਿਮਿਟ ਦੀ ਗੱਲ ਕਰੀ ਜੀ 18 ਤੋਂ 37 ਸਾਲ ਦੇ ਤੁਹਾਡੀ ਏਜ ਦਾ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਇਹ ਪਰਫਾਰਮਾ ਜੀ ਇਹ ਤੁਸੀਂ ਭਰਨਾ ਹੈ ਇਹ ਭਰ ਕੇ ਤੁਸੀਂ ਇਹਨਾਂ ਦੇ ਐਡਰੈਸ ਤੇ ਭੇਜ ਦੇਣਾ ਜੀ ਮੈਂ ਉਹ ਤੁਹਾਨੂੰ ਉਹ ਵੀ ਦੱਸਾਂਗਾ ਕਿਵੇਂ ਭੇਜਣਾ ਤੁਸੀਂ ਚੰਗੀ ਤਰ੍ਹਾਂ ਜੋ ਕੁਆਲੀਫਿਕੇਸ਼ਨ ਤੁਸੀਂ ਕੀਤੀ ਹੈ ਉਹ ਪੂਰੀ ਇਹਦੇ ਨਾਲ ਅਟੈਚ ਕਰਕੇ ਆਪਣੇ ਡਾਕੂਮੈਂਟਸ ਇਹਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਤੇ ਦੇ ਦਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇਹਨੂੰ ਪ੍ਰਿੰਟ ਕਢਾ ਲਿਓ ਪ੍ਰਿੰਟ ਕਰਾ ਕੇ ਨਾਲ ਲਾ ਦਿਓ ਦੇਖੋ ਜੀ ਹੁਣ ਜਿਹੜਾ ਐਡਰੈਸ ਤੇ ਤੁਸੀਂ ਭੇਜਣਾ ਹੈ ਜੋ एलिਜੀਬਲ ਕੈਂਡੀਡੇਟ ਨੇ ਉਹ ਐਪਲੀਕੇਸ਼ਨ ਪੋਸਟ ਦੁਆਰਾ ਭੇਜ ਸਕਦੇ ਨੇ ਜੀ ਜਾਂ ਵਾਈ ਹੈਂਡ ਇਹਨਾਂ ਦੇ ਐਡਰੈਸ ਤੇ ਜਾ ਕੇ ਦੇ ਸਕਦੇ ਨੇ ਜੀ ਆਫਿਸ ਡਿਸਟ੍ਰਿਕਟ ਪ੍ਰੋਗਰਾਮ ਆਫੀਸਰ ਸੋਸ਼ਲ ਵੈਲਫੇਅਰ ਕੰਪਲੈਕਸ ਸਿਮਲਾਪੁਰੀ ਨੀਅਰ ਗਿੱਲ ਕੈਨਲ ਲੁਧਿਆਣਾ ਠੀਕ ਹੈ ਇਹਨਾਂ ਦੇ ਐਡਰੈਸ ਤੇ ਤੁਸੀਂ ਇਹ ਬਾਈ ਹੈਂਡ ਜਾਂ ਪੋਸਟ ਦੁਆਰਾ ਵੀ ਤੁਸੀਂ ਭੇਜ ਸਕਦੇ ਹੋ ਜੀ ਇਹ ਕੰਟੈਕਟ ਨੰਬਰ ਦਿੱਤਾ ਹੈ ਦੇ ਉੱਪਰ ਤੁਸੀਂ ਕਾਲ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ ਜੀ ਹੁਣ ਲਾਸਟ ਡੇਟ ਦੀ ਗੱਲ ਕਰ ਲੈਂਦੇ ਆ ਜੀ ਲਾਸਟ ਡੇਟ ਕੀ ਰਹੇਗੀ ਜੌਬ ਲਈ ਜੀ ਦੋਸਤੋ ਇਸ ਜੌਬ ਲਈ ਲਾਸਟ ਡੇਟ ਹੈ ਜੀ ਇਹਨਾਂ ਨੇ ਦੱਸਿਆ 15 ਦਿਨ ਦੇ ਅੰਦਰ ਅੰਦਰ ਤੁਸੀਂ ਅਪਲਾਈ ਕਰ ਦੇਣਾ ਜੀ ਸਾਮ 5 ਵਜੇ ਤੱਕ ਠੀਕ ਹੈ ਜੀ ਐਡਰੈਸ ਮੈਂ ਤੁਹਾਨੂੰ ਦੱਸਿਆ ਦੀ ਇਹ ਐਡਰੈਸ ਇਹਨਾਂ ਨੇ ਫੇਰ ਇਹਦੇ ਵਿੱਚ ਮੈਂ ਮੈਂਸ਼ਨ ਕਰਿਆ ਜੀ ਇਹਨੂੰ ਤੁਸੀਂ ਪੜ ਲਿਓ ਪੜਨ ਤੋਂ ਬਾਅਦ ਤੁਸੀਂ ਇਹਨੂੰ ਅਪਲਾਈ ਕਰ ਦੇਣਾ ਜੀ ਵੀਡੀਓ ਚੰਗਾ ਲੱਗਿਆ ਲਾਈਕ ਕਰਿਓ ਜਿਆਦਾ ਜਿਆਦਾ ਫਰੈਂਡ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ